ਤੁਸੀਂ ਸੰਤਾਂ ਦੀ ਮਜ਼ਾਰ ਜ਼ਰੂਰ ਵੇਖੀ ਹੋਵੇਗੀ। ਰਾਜਿਆਂ ਤੇ ਸ਼ਹਿਨਸ਼ਾਹਾਂ ਦੀਆਂ ਕਬਰਾਂ ਵੀ ਜ਼ਰੂਰ ਵੇਖੀਆਂ ਹੋਣਗੀਆਂ। ਪਰ ਕੀ ਤੁਸੀਂ ਕਦੇ ਤੋਤੇ ਦੀ ਕਬਰ ਬਾਰੇ ਵੇਖਿਆ ਜਾਂ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਉਸ ਥਾਂ ਤੇ ਲੈ ਕੇ ਜਾਵਾਂਗੇ ਜਿੱਥੇ ਤੋਤੇ ਦੀ ਕਬਰ ਹੈ। ਛੱਤੀਸਗੜ੍ਹ ਦੇ ਅੰਬਿਕਾਪੁਰ ਵਿੱਚ ਇਹ ਮਕਬਰਾ ਤਕੀਆ ਸ਼ਰੀਫ ਵਜੋਂ ਮਸ਼ਹੂਰ ਹੈ। ਪੂਰੀ ਹਿੰਦੁਸਤਾਨ ਮੇਂ ਕਿਸੀ ਤੋਤੇ ਕੀ ਇਹ ਪਹਿਲੀ ਮਜ਼ਾਰ ਹੈ। ਕਿਸ ਬਾਬਾ ਕੇ ਸਾਥ ਇੱਕ ਪਿੰਜੜੇ ਮੇਂ ਤੋਤਾ ਰਹਾ ਕਰਤਾ ਥਾ। ਬਾਬਾ ਕੇ ਪਰਦਾ ਕਰਨੇ ਕੇ ਬਾਅਦ ਵੋ ਤੋਤਾ ਵੀ ਮਰ ਗਿਆ। ਦੋਵੇਂ ਭਰਾ ਕਾਬੁਲ ਤੋਂ ਸਰਗੁਜ਼ਾ ਆਏ ਤੇ ਇੱਥੋਂ ਦੇ ਆਦਿਵਾਸੀਆਂ ਵਿੱਚ ਪ੍ਰਚਲਿਤ ਨਰ ਬਲੀ ਦੀ ਰੀਤ ਨੂੰ ਖਤਮ ਕੀਤਾ। ਉਸ ਸਮੇਂ ਤੋਂ ਹੀ ਉਹ ਸਥਾਨਕ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਗਏ ਤੇ ਸਮਾਜ ਸੁਧਾਰਕ ਵਜੋਂ ਕੰਮ ਕਰਨ ਕਰਕੇ ਉਹਨਾਂ ਨੂੰ ਅੱਲਾ ਦਾ ਵਲੀ ਮੰਨਿਆ ਗਿਆ। ਉਹਨਾਂ ਨੂੰ ਮੁਸਲਿਮ ਭਾਈਚਾਰੇ ਵਿੱਚ ਪੀਰ ਮੰਨਿਆ ਜਾਂਦਾ ਹੈ। ਤਕੀਆ ਸ਼ਰੀਫ ਵਿੱਚ ਆਉਣ ਵਾਲੇ ਜ਼ਾਇਰੀਨਾਂ ਵਿੱਚ ਜਿੰਨੀ ਸ਼ਿੱਦਤ ਮੁਰਾਦ ਸ਼ਾਹ ਤੇ ਮੁਹੱਬਤ ਸ਼ਾਹ ਲਈ ਹੁੰਦੀ ਹੈ, ਉਨਾ ਹੀ ਵਿਸ਼ਵਾਸ ਉਹਨਾਂ ਦੇ ਤੋਤੇ ਲਈ ਵੀ ਹੈ। ਇੱਥੇ ਆਉਣ ਵਾਲੇ ਜ਼ਾਇਰੀਨ ਬਾਬੇ ਦੇ ਨਾਲ ਨਾਲ ਉਹਨਾਂ ਦੇ ਤੋਤੇ ਦੀ ਮਜ਼ਾਰ ਤੇ ਵੀ ਚਾਦਰ ਚੜ੍ਹਾਉਂਦੇ ਹਨ। ਮਜ਼ਾਰ ਉੱਤੇ ਕਿਤਾਬ ਲਿਖਣ ਵਾਲੇ ਸੀਨੀਅਰ ਵਕੀਲ ਅਬਦੁਲ ਰਾਸ਼ਿਦ ਸਿੱਦਕੀ ਦਾ ਕਹਿਣਾ ਹੈ ਕਿ ਇਹ ਮਜ਼ਾਰ ਛੱਤੀਸਗੜ੍ਹ ਦੀ ਸਭ ਤੋਂ ਪੁਰਾਣੀ ਮਜ਼ਾਰ ਹੈ। ਸਾਲ 1951 ਵਿੱਚ ਜਦੋਂ ਉਹਨਾਂ ਨੇ ਝੁੱਗੀ ਵਰਗੀ ਮਜ਼ਾਰ ਦੀ ਥਾਂ ਤੇ ਇਮਾਰਤ ਬਣਾਉਣੀ ਸ਼ੁਰੂ ਕੀਤੀ ਤਾਂ ਖੁਦਾਈ ਵੇਲੇ ਮਜ਼ਾਰ ਦੀ ਜ਼ਮੀਨ ਤੋਂ ਸੁਆਹ ਨਿਕਲਣ ਲੱਗ ਗਈ। ਕਈ ਫੁੱਟ ਖੁਦਾਈ ਕਰਨ ਤੋਂ ਬਾਅਦ ਵੀ ਜਦੋਂ ਸੁਆਹ ਨਿਕਲਣ ਦੀ ਪ੍ਰਕਿਰਿਆ ਨਹੀਂ ਰੁਕੀ ਤਾਂ ਸੁਆਹ ਦੇ ਢੇਰ ਤੇ ਹੀ ਇਸ ਦੀ ਤਾਮੀਰ ਰੱਖ ਦਿੱਤੀ ਗਈ। ਇਹ ਕਿਸੇ ਅਜੂਬੇ ਤੋਂ ਘੱਟ ਨਹੀਂ ਕਿ ਮਜ਼ਾਰ ਦੀ ਬੁਨਿਆਦ ਸੁਆਹ ਤੇ ਰੱਖੀ ਗਈ ਹੈ ਤੇ ਅਰਸੇ ਬਾਅਦ ਵੀ ਉਹ ਸਲਾਮਤ ਹੈ। ਉਹ ਦੱਸਦੇ ਹਨ ਕਿ ਮਜ਼ਾਰ ਦੀ ਜ਼ਮੀਨ ਤੇ ਮਿਲੇ ਸਬੂਤਾਂ ਦੇ ਆਧਾਰ ਤੇ ਇਹ ਪਤਾ ਚੱਲਿਆ ਹੈ ਕਿ ਇਹ ਸੂਫੀ ਲੜੀ ਦੇ ਮਦਾਰੀ ਸੰਪਰਦਾ ਨਾਲ ਸੰਬੰਧਿਤ ਹੈ। ਇਸ ਮਜ਼ਾਰ ਦੀ ਕੰਧ ਨਾਲ ਹੀ ਲੱਗਿਆ ਇੱਕ ਮੰਦਿਰ ਵੀ ਹੈ ਜਿਸ ਨੂੰ ਸਥਾਨਕ ਬੋਲੀ ਵਿੱਚ ਨਕੱਤੀ ਦੇਵੀ ਦਾ ਮੰਦਿਰ ਕਿਹਾ ਜਾਂਦਾ ਹੈ। ਬਗਲ ਮੇਂ ਇੱਕ ਐਸਾ ਸੰਗਮ ਹੈ ਇਹ ਕਿ ਵੋ ਕੋਰਵਾ ਜਾਤੀ ਕਾ ਇਹ ਪਹਿਲਾ ਮੰਦਿਰ ਹੈ ਜੋ ਪੂਰੇ ਭਾਰਤ ਵਰਸ਼ ਮੇਂ ਕੋਰਵਾ ਜਾਤੀ ਕਾ ਕੋਈ ਮੰਦਿਰ ਨਹੀਂ ਹੈ। ਇਹ ਪਹਿਲਾ ਕੋਰਵਾ ਮੰਦਿਰ ਹੈ ਜਿਸਕਾ ਪੁਜਾਰੀ ਕੋਰਵਾ ਹੀ ਹੋਤਾ ਹੈ। ਰਿਆਸਤ ਕਾਲ ਮੇਂ ਉਸਕੇ ਲੀਏ ਜਾਗੀਰੇ ਵੀ ਮੁਕਰਰ ਕੀ ਗਈ ਹੈ ਔਰ ਮਜ਼ਾਰ ਸ਼ਰੀਫ ਕੇ ਲੀਏ ਵੀ ਜਾਗੀਰ ਦੀ ਗਈ ਹੈ। ਸਿਰਫ ਸਰਗੁਜ਼ਾ ਹੀ ਨਹੀਂ, ਆਸ ਪਾਸ ਦੇ ਜ਼ਿਲ੍ਹਿਆਂ ਅਤੇ ਬਿਹਾਰ ਅਤੇ ਝਾਰਖੰਡ ਵਰਗੇ ਸੂਬਿਆਂ ਤੋਂ ਵੀ ਲੋਕ ਆਪਣੀਆਂ ਮੁਰਾਦਾਂ ਲੈ ਕੇ ਇੱਥੇ ਪਹੁੰਚਦੇ ਨੇ। ਇਨਕਾ ਮਨਿਆਤਾ ਬਹੁਤ ਹੈ, ਜੋ ਇਨਕੇ ਦਰ ਪਰ ਆ ਜਾਤਾ ਹੈ ਉਹ ਖਾਲੀ ਕਭੀ ਨਹੀਂ ਲੌਟਤਾ। ਇਨਕਾ ਨਾਮ ਹੈ ਮੁਰਾਦ ਸਾਹਿਬ ਬਾਬਾ ਵਲੀ ਵਲੀ ਮੁਰਾਦ ਸਾਹਿਬ ਬਾਬਾ। ਇਸ ਮਜ਼ਾਰ ਨਾਲ ਜੁੜੀ ਇੱਕ ਕਹਾਣੀ ਇਹ ਵੀ ਹੈ ਕਿ 600 ਸਾਲ ਪਹਿਲਾਂ ਸਰਗੁਜ਼ਾ ਰਿਆਸਤ ਦੇ ਰਾਜਾ ਰਘੂਨਾਥ ਸ਼ਰਨ ਸਿੰਘ ਦੇਵ ਦਾ ਕੋਈ ਬੱਚਾ ਨਹੀਂ ਸੀ। ਸਮੇਂ ਤੇ ਔਲਾਦ ਨਾ ਹੋਣ ਕਾਰਨ ਰਾਜੇ ਨੇ ਤਕੀਆ ਸ਼ਰੀਫ ਦੀ ਮਜ਼ਾਰ ਵਿੱਚ ਇੱਕ ਸੁਖਨਾ ਕੀਤੀ ਕਿ ਜੇ ਉਹਨਾਂ ਦੇ ਵੰਸ਼ ਨੂੰ ਅੱਗੇ ਵਧਾਉਣ ਲਈ ਪੁੱਤਰ ਦਾ ਜਨਮ ਹੋਇਆ ਤਾਂ ਉਹ ਮਜ਼ਾਰ ਵਿੱਚ ਵਿਹੜਾ ਬਣਵਾਉਣਗੇ। ਸੁਖਨਾ ਪੂਰੀ ਹੋਈ ਤੇ ਰਾਣੀ ਨੇ ਪੁੱਤਰ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਰਾਜੇ ਨੇ ਇੱਥੇ ਵਿਹੜਾ ਬਣਾਇਆ ਜਿਸ ਨੂੰ ਅੱਜ ਵੀ ਇੱਥੇ ਵੇਖਿਆ ਜਾ ਸਕਦਾ ਹੈ। ਤਕੀਆ ਸ਼ਰੀਫ ਦੀ ਮਜ਼ਾਰ ਮਨੁੱਖਤਾ ਨੂੰ ਇੱਕਜੁੱਟ ਰੱਖਣ ਵਿੱਚ ਇੱਕ ਧਾਗੇ ਵਜੋਂ ਕੰਮ ਕਰ ਰਹੀ ਹੈ। ਇੱਥੇ ਆਉਣ ਵਾਲੇ ਲੋਕ ਨਾ ਜਾਤ ਦੇਖਦੇ ਹਨ ਨਾ ਧਰਮ, ਬਸ ਭਗਤੀ ਦੇ ਨਾਲ ਸੁਖਨਾ ਲੈ ਕੇ ਬਾਬੇ ਦੇ ਦਰ ਆਉਂਦੇ ਹਨ ਤੇ ਝੋਲੀ ਭਰ ਕੇ ਹੱਸਦੇ ਹੋਏ ਚਲੇ ਜਾਂਦੇ ਨੇ। ਸਰਗੁਜ਼ਾ ਤੋਂ ਦੇਸ਼ ਦੀਪਕ ਗੁਪਤਾ, ETV ਭਾਰਤ। To watch 24/7 News Live, download ETV Bharat app.